ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਓਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ। ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਟੀਚਿੰਗ ਅਤੇ ਨੋਨ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਕਿੱਦਾਂ ਤੁਸੀਂ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਅੱਜ ਇਸ ਵੀਡੀਓ 'ਚ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ। ਨਾਲ ਦੀ ਨਾਲ ਤੁਸੀਂ ਕਿਸੇ ਵੀ ਗਵਰਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਦੀ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ। ਜਿੰਨੀਆਂ ਵੀ ਲੇਟੈਸਟ ਵੈਕੈਂਸੀਜ਼ ਹੁੰਦੀਆਂ ਨੇ, ਸਭ ਤਰ੍ਹਾਂ ਦੀਆਂ ਲੇਟੈਸਟ ਵੈਕੈਂਸੀਜ਼ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੁਸੀਂ ਸਿੰਪਲੀ ਕੀ ਕਰਨਾ ਹੈ ਜੀ, ਗੂਗਲ 'ਚ ਜਾਣਾ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਵੇਗਾ www.cloy.com, ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ। ਉੱਥੋਂ ਸਾਰੇ ਹੀ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਬਾਕੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਜ਼ਰੂਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ, ਤਾਂ ਕਿ ਮੈਂ ਹਰ ਇੱਕ ਵਾਰੀ ਤੁਹਾਡੇ ਲਈ ਲੇਟੈਸਟ ਅਪਡੇਟ ਲੈ ਕੇ ਆਉਂਦਾ ਰਹਾਂ। ਬਾਕੀ ਲਿੰਕ ਇਹਦਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਵੇਗਾ, ਔਰ ਬਾਕੀ ਵੀ ਜਿੰਨੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਉਹਨਾਂ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਿਹੜਾ ਹੈ ਜੀ ਉਹ ਮਿਲ ਜਾਵੇਗਾ। ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹ ਨੋਟੀਫਿਕੇਸ਼ਨ ਜਿਹੜੇ ਜੀ ਉਹ ਆਊਟ ਕੀਤਾ ਗਿਆ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਵੱਲੋਂ, ਠੀਕ ਹੈ ਜੀ। ਇਸ ਦੇ ਵਿੱਚ 19/4/2024 ਤੱਕ ਤੁਸੀਂ ਜਿਹੜੇ ਜੀ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਅਗਰ ਮੈਂ ਵੈਕੈਂਸੀਜ਼ ਦੀ ਗੱਲ ਕਰਾਂ, ਇਹ ਵੈਸੇ 20 ਤਰੀਕ ਨੋਟੀਫਿਕੇਸ਼ਨ ਜਿਹੜੇ ਜੀ ਉਹ ਆਊਟ ਹੋਇਆ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੈਕੈਂਸੀਜ਼ ਹੈਗੀਆਂ ਨੇ ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਇਸ ਦੇ ਲਈ ਔਨਲਾਈਨ ਅਪਲਾਈ ਤੁਸੀਂ ਕਰਨਾ ਇਸ ਲਿੰਕ 'ਤੇ ਜਾ ਕੇ। ਸਭ ਤੋਂ ਪਹਿਲੀ ਜਿਹੜੀ ਵੈਕੈਂਸੀ ਹੈ ਅਸਿਸਟੈਂਟ ਪ੍ਰੋਫੈਸਰ ਦੀ ਅਤੇ ਐਸੋਸੀਏਟ ਪ੍ਰੋਫੈਸਰ ਦੀਆਂ ਵੈਕੈਂਸੀਜ਼ ਨੇ, ਜਿਹੜੀ ਕਿ ਅਲੱਗ ਅਲੱਗ ਲੋਕੇਸ਼ਨ 'ਤੇ, ਜਿੱਦਾਂ ਕਿ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਵਿੱਚ ਜਿਹੜੀਆਂ ਨੇ ਟੋਟਲ 5 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਅਤੇ ਐਸੋਸੀਏਟ ਦੀਆਂ ਜਿਹੜੀਆਂ ਨੇ ਉਹ ਇੱਕ ਪੋਸਟ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਹੈ ਜੀ AIH ਐਂਡ AA ਦੇ ਵਿੱਚ ਜਿਹੜੀ ਹੈ ਡਿਪਾਰਟਮੈਂਟ ਹੈ, ਇੰਸਟੀਟਿਊਟ ਹੈ, ਜਿਹਦੇ 'ਚ ਇੱਕ ਪੋਸਟ ਜਿਹੜੀ ਹੈ ਅਸਿਸਟੈਂਟ ਪ੍ਰੋਫੈਸਰ ਦੀ ਹੈ। ਉਸ ਤੋਂ ਬਾਅਦ ਐਜੂਕੇਸ਼ਨ ਦੇ ਵਿੱਚ ਇੱਕ ਪੋਸਟ ਹੈ ਅਸਿਸਟੈਂਟ ਪ੍ਰੋਫੈਸਰ ਦੀ ਅਤੇ ਐਸੋਸੀਏਟ ਪ੍ਰੋਫੈਸਰ ਦੀ। ਮਾਈਕਰੋਬਾਇਲ ਬਾਇਓਟੈਕਨੋਲੋਜੀ ਦੇ ਵਿੱਚ ਇੱਕ, ਸੈਂਟਰ ਫੋਰ ਪਬਲਿਕ ਹੈਲਥ ਦੇ ਵਿੱਚ ਇੱਕ, ਉਸ ਤੋਂ ਬਾਅਦ ਬਟਨਾਗਰ ਯੂਨੀਵਰਸਿਟੀ ਇੰਸਟੀਟਿਊਟ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ 4 ਪੋਸਟਾਂ ਨੇ ਜੋ ਕਿ ਅਲੱਗ ਅਲੱਗ ਨੇ, ਦੇਖ ਸਕਦੇ ਹੋ, ਜੋ ਕਿ ਤੁਹਾਡੀਆਂ ਰਹਿਣਗੀਆਂ ਇਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ। ਉਸ ਤੋਂ ਬਾਅਦ ਨੈਕਸਟ ਆਉਂਦਾ ਸੈਂਟਰ ਆਫ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਮੈਨੇਜਮੈਂਟ ਦੀਆਂ 2 ਪੋਸਟਾਂ ਨੇ, UIET ਦੀਆਂ 4 ਪੋਸਟਾਂ ਅਲੱਗ ਤੋਂ, ਅਤੇ ਸਾਇੰਸ ਦੀਆਂ 1 ਪੋਸਟ ਜਿਹੜੀ ਹੈ ਜੀ ਆਊਟ ਕੀਤੀ ਗਈ। EEE ਦੀ 1 ਵੈਕੈਂਸੀ ਹੈ ਅਸਿਸਟੈਂਟ ਪ੍ਰੋਫੈਸਰ ਦੀ। ਬਾਇਓਕੈਮਿਸਟਰੀ ਦੇ ਵਿੱਚ 1 ਹੈ, ਠੀਕ ਹੈ ਜੀ। ਉਸ ਤੋਂ ਬਾਅਦ PUSS GRC ਹੁਸ਼ਿਆਰਪੁਰ ਦੇ ਵਿੱਚ 1 ਪੋਸਟ ਹੈ IT ਦੀ। ਉਸ ਤੋਂ ਬਾਅਦ ਹੈ ਫਿਜ਼ਿਕਸ ਦੇ ਵਿੱਚ 1 ਪੋਸਟ ਹੈ, UIPS ਦੇ ਵਿੱਚ ਫਾਰਮਾਕੋਲੋਜੀ ਅਤੇ ਫਾਰਮਾਕੋਗਨੋਸੀ ਦੇ ਵਿੱਚ 1-1 ਵੈਕੈਂਸੀ ਜਿਹੜੀ ਹੈ ਉਹ ਆਊਟ ਕੀਤੀ ਗਈ ਹੈ ਜੀ। ਇਸ ਦੇ ਵਿੱਚ ਅਗਰ ਮੈਂ ਪੇ ਸਕੇਲ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੀ 1,31,000 ਤੋਂ ਲੈ ਕੇ 2,17,000 ਤੱਕ ਤੁਹਾਡੀ ਜਿਹੜੀ ਹੈ ਜੀ ਇਸ ਦੇ ਵਿੱਚ ਰਹਿਣ ਵਾਲੀ ਹੈ, ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ। ਅਸਿਸਟੈਂਟ ਪ੍ਰੋਫੈਸਰ ਦੀ 57,700 ਤੋਂ ਲੈ ਕੇ 1,82,000 ਤੱਕ ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹੇਗੀ, ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ। ਇਸ ਦੇ ਵਿੱਚ ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਅਸਿਸਟੈਂਟ ਪ੍ਰੋਫੈਸਰ ਦੇ ਲਈ, ਉਹਨਾਂ ਦੇ ਲਈ ਮਾਸਟਰ ਡਿਗਰੀ 55% ਮਾਰਕਸ ਦੇ ਨਾਲ ਕੀਤੀ ਹੋਣੀ ਜ਼ਰੂਰੀ ਚਾਹੀਦੀ ਹੈ, ਰੈਲਵੈਂਟ ਡਿਸਿਪਲਨ ਦੇ ਨਾਲ, ਠੀਕ ਹੈ ਜੀ। ਅਤੇ ਨੈੱਟ ਪਾਸ ਹੋਣਾ ਚਾਹੀਦਾ ਤਾਂ ਅਪਲਾਈ ਕਰ ਸਕਦੇ ਨੇ। ਈਵਨ PhD ਵਾਲੇ ਕੈਂਡੀਡੇਟ ਵੀ ਇਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ, ਤੁਸੀਂ ਜ਼ਰੂਰ ਇਹ ਲਈ ਚੈੱਕ ਕਰਕੇ ਅਪਲਾਈ ਕਰਿਓ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਨੋਟੀਫਿਕੇਸ਼ਨ ਦੀ ਜਿਹੜੀ ਕਿ ਰਹਿਣ ਵਾਲੀ ਹੈ ਤੁਹਾਡੀ, ਇਸ ਦੇ ਵਿੱਚ ਉਹ ਕੈਂਡੀਡੇਟਸ ਜਿਹੜੇ ਬਾਕੀ ਉਹ ਨੀਚੇ ਜਾਂ ਸਕਰੋਲ ਡਾਊਨ ਕਰਕੇ ਚੈੱਕ ਕਰ ਸਕਦੇ ਨੇ, ਠੀਕ ਹੈ ਜੀ। ਜਿਹੜੇ ਅਸਿਸਟੈਂਟ ਪ੍ਰੋਫੈਸਰ ਅਤੇ ਐਸੋਸੀਏਟ ਪ੍ਰੋਫੈਸਰ ਲਈ ਅਪਲਾਈ ਕਰਨਾ ਚਾਹੁੰਦੇ ਨੇ, ਇਹਦੇ ਵਿੱਚ ਅਲੱਗ ਅਲੱਗ ਸਬਜੈਕਟ ਵਾਈਜ਼ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿੰਕ ਜਿਹੜੇ ਨੇ ਉਹ ਦਿੱਤੇ ਹੋਏ ਨੇ। ਸੋ ਤੁਸੀਂ ਜ਼ਰੂਰ ਚੈੱਕ ਕਰ ਲਿਓ ਜਿਹੜੇ ਕੈਂਡੀਡੇਟ ਐਲੀਜੀਬਲ ਨੇ ਅਸਿਸਟੈਂਟ ਪ੍ਰੋਫੈਸਰ ਅਤੇ ਐਸੋਸੀਏਟ ਪ੍ਰੋਫੈਸਰ ਦੇ ਲਈ। ਇਹ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਿਹੜਾ ਜੀ ਉਹ ਮਿਲ ਜਾਵੇਗਾ। ਉਸ ਤੋਂ ਬਾਅਦ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਜੀ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਰੈਗੂਲਰ ਪੋਸਟ ਦੇ ਲਈ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ। ਉਸ ਤੋਂ ਬਾਅਦ ਕੰਟਰੈਕਚੁਅਲ ਟੀਚਿੰਗ ਪੋਸਟ ਨੇ, 4 ਪੋਸਟਾਂ ਅਸਿਸਟੈਂਟ ਪ੍ਰੋਫੈਸਰ ਦੀਆਂ, ਜੋ ਕਿ ਡਿਪਾਰਟਮੈਂਟ ਹੈਗਾ PSNP ਦੇ ਵਿੱਚ। ਉਸ ਤੋਂ ਬਾਅਦ ਕੰਟਰੈਕਚੁਅਲ ਨੋਨ ਟੀਚਿੰਗ ਦੀਆਂ ਵੈਕੈਂਸੀਜ਼ ਨੇ, 2 ਪੋਸਟ ਲੈਬ ਅਸਿਸਟੈਂਟ ਦੀਆਂ ਨੇ,
ਅਤੇ ਦੋ ਪੋਸਟ ਜਿਹੜੀਆਂ ਲੈਬ ਅਟੈਂਡੈਂਟ ਦੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਇੱਕ ਪੋਸਟ ਕੰਪਿਊਟਰ ਪ੍ਰੋਗਰਾਮਿੰਗ ਦੀ ਜਿਹੜੀ ਹੈ ਜੀ ਉਹ ਹੈਗੀ ਹੈ, ਜਿਹਦੇ ਲਈ ਤੁਸੀਂ ਔਨਲਾਈਨ ਅਪਲਾਈ ਕਰਨਾ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ cup.edu.in 'ਤੇ ਜਾ ਕੇ। ਇਹ ਫੁੱਲ ਫਲੈਜ ਨੋਟੀਫਿਕੇਸ਼ਨ ਹੈ, ਇਹਦੇ ਲਈ ਪੂਰੀ ਡਿਟੇਲ ਜਿਹੜੀ ਹੈ ਜੀ ਨੀਚੇ ਲਿਖੀ ਹੋਈ ਹੈ। ਅਸਿਸਟੈਂਟ ਪ੍ਰੋਫੈਸਰ ਦੇ ਲਈ ਸੈਲਰੀ 64,500 ਜਿਹੜੀ ਹੈ ਤੁਹਾਡੀ ਇੱਥੇ ਰਹੇਗੀ, ਠੀਕ ਹੈ ਜੀ। ਔਰ ਇਸਦੇ ਵਿੱਚ ਰਿਕੁਆਇਰਡ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੋਸਟ ਵਾਈਜ਼ ਅਲੱਗ ਅਲੱਗ ਕੁਆਲੀਫਿਕੇਸ਼ਨ ਜਿਹੜੀਆਂ ਨੇ ਉਹ ਮੰਗੀਆਂ ਗਈਆਂ ਨੇ। ਸੋ ਇਹਨਾਂ ਨੇ ਪੋਸਟ ਵਾਈਜ਼ ਹੀ ਇੱਥੇ ਨੀਚੇ ਮੈਂਸ਼ਨ ਕੀਤੀਆਂ ਹੋਈਆਂ, ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ। ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਿਹੜੇ ਨੇ ਉਹ ਮਿਲ ਜਾਣਗੇ। ਰੈਲੇਵੈਂਟ ਡਿਸਿਪਲਿਨ ਦੇ ਵਿੱਚ ਜਿਨ੍ਹਾਂ ਨੇ ਕੀਤੀ ਹੋਈ ਹੈ ਕੁਆਲੀਫਿਕੇਸ਼ਨ, ਜਿਨ੍ਹਾਂ ਕੋਲ ਹੈਗੀ ਹੈ ਉਹ ਅਪਲਾਈ ਕਰ ਸਕਦੇ ਨੇ ਜੀ। ਇਹ ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ। ਸੋ ਦੋ ਅਲੱਗ ਅਲੱਗ ਨੋਟੀਫਿਕੇਸ਼ਨ ਰਹਿਣਗੇ, ਦੋਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਸੋ ਚੈੱਕ ਕਰਕੇ ਅਪਲਾਈ ਕਰ ਲਿਓ ਜਿਹੜੇ ਕੈਂਡੀਡੇਟ ਐਲੀਜੀਬਲ ਨੇ। ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।